ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿਸਾਨ ਵੀਰੋ ਮੱਕੀ ਦੀ ਫਸਲ ਦੇ ਵਿੱਚ ਕੀੜੇ ਮਕੌੜੇ ਜਿਹੜੇ ਕਿ ਕਾਫੀ ਨੁਕਸਾਨ ਕਰਦੇ ਜਿਹੜੇ ਮੁੱਖ ਕੀੜੇ ਉਹਨਾਂ ਦੀ ਰੋਕਥਾਮ ਆਪਾਂ ਕਿਸ ਤਰ੍ਹਾਂ ਕਰਨੀ ਹੈ ਬਜਾਈ ਤੋਂ ਲੈ ਕੇ ਕਿਉਂਕਿ ਜਿਹੜੀ ਸ਼ੁਰੂਆਤ ਦੇ ਵਿੱਚ ਜਦੋਂ ਆਪਾਂ ਮੱਕੀ ਬੀਜਦੇ ਆ ਤਾਂ ਸ਼ੁਰੂਆਤ ਦੇ ਵਿੱਚ ਪਹਿਲੇ ਹਫ਼ਤੇ ਦੂਜੇ ਹਫ਼ਤੇ ਜਿਹੜਾ ਕਈ ਵਾਰ ਕੀੜੇ ਮਕੌੜੇ ਦਾ ਹਮਲਾ ਹੋ ਜਾਂਦਾ ਹੈ ਫਸਲ ਵਾਧਦੀ ਨਹੀਂ ਹੈਗੀ ਤਾਂ ਉਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਵਾਲਾ ਬਟਨ ਦੱਬ ਲਓ ਜੇ ਫੇਸਬੁੱਕ ਪੇਜ ਤੇ ਦੇ ਰਹੇ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਤੁਸੀਂ ਵੀ ਆਪਦੇ ਕੀਮਤੀ ਸੁਝਾਅ ਮੇਰੇ ਤੱਕ ਪਹੁੰਚਾਉਂਦੇ ਰਹੋ ਸੋ ਜੇ ਮੱਕੀ ਦੀ ਗੱਲ ਕਰੀਏ ਕਿਸਾਨ ਵੀਰ ਬਹਾਰ ਰੁੱਤ ਦੇ ਵਿੱਚ ਵੀ ਕਿਸਾਨ ਵੀਰ ਮੱਕੀ ਦੀ ਕਾਸ਼ਤ ਕਰਦੇ ਆ ਕਾਫੀ ਕਿਸਾਨ ਵੀਰ ਆ ਜਿਹੜੇ ਉਹ ਮੇਨ ਸੌਣੀ ਦੇ ਸੀਜ਼ਨ ਚ ਮੱਕੀ ਦੀ ਕਾਸ਼ਤ ਕਰਦੇ ਆ ਕੁਝ ਕਿਸਾਨ ਵੀਰ ਆ ਜਿਹੜੇ ਸਿਆਲੂ ਮੱਕੀ ਦੀ ਅਗਸਤ ਸਤੰਬਰ ਦੀ ਵੱਖ-ਵੱਖ ਸੀਜ਼ਨ ਦੇ ਵਿੱਚ ਜਿਹੜੀ ਹੈਗੀ ਆ ਕਾਸ਼ਤ ਕਿਸਾਨ ਵੀਰ ਮੱਕੀ ਦੀ ਕਰਦੇ ਆ ਉਹਦੇ ਵਿੱਚ ਮੁੱਖ ਤੌਰ ਤੇ ਜਿਹੜੇ ਕੀੜੇ ਨੁਕਸਾਨ ਕਰਦੇ ਉਹਦੇ ਵਿੱਚ ਇੱਕ ਤਾਂ ਹੈ ਪਹਿਲੀ ਹੈਗੀ ਆ ਸ਼ਾਖ ਦੀ ਮੱਖੀ ਜਿਹਨੂੰ ਆਪਾਂ ਸ਼ੂਟ ਫ्लाई ਵੀ ਕਹਿ ਦਿੰਦੇ ਆ ਇਹ ਜਦੋਂ ਆਪਾਂ ਮੱਕੀ ਦੀ ਬਜਾਈ ਕਰਦੇ ਆ ਉਹ ਤੋਂ ਬਾਅਦ 3 ਤੋਂ 7 ਦਿਨ ਦੇ ਬੂਟਿਆਂ ਦੇ ਉੱਤੇ ਹੀ ਜਿਹੜਾ ਹੈਗਾ ਕਈ ਵਾਰ ਹਮਲਾ ਹੋ ਜਾਂਦਾ ਹੈ। ਵੈਸੇ ਤਾਂ ਪਹਿਲੇ 15 ਦਿਨ ਕਾਫੀ ਇਹ ਨੁਕਸਾਨ ਕਰ ਸਕਦੀ ਹੈ ਸ਼ਾਖ ਦੀ ਮੱਖੀ ਹੈ ਜਿਹੜੀ। ਤਾਂ 3 ਤੋਂ 7 ਦਿਨ ਦੇ ਬੂਟੇ, 8 ਦਿਨ ਦੇ, 10 ਦਿਨ ਦੇ ਬੂਟੇ ਇਹਨਾਂ ਦੇ ਕਾਫੀ ਨੁਕਸਾਨ ਹੁੰਦਾ ਹੈ। ਨੁਕਸਾਨ ਕੀ ਹੁੰਦਾ ਹੈ ਕਿ ਬੂਟੇ ਜਿਹੜੇ ਹੈਗੇ ਤੁਹਾਨੂੰ ਦੇਖਣ ਚ ਲੱਗਣਗੇ ਬੇਟਾਵੇਜੇ ਹੋ ਜਾਂਦੇ ਆ। ਝੁਰੜ-ਮੁਰੜ ਜੇ ਮਤਲਬ ਗਰੋਥ ਨਹੀਂ ਕਰਦੇ। ਪੱਤਿਆਂ ਤੇ ਮੂਰੀਆਂ ਹੋ ਜਾਂਦੀਆਂ ਬੂਟਿਆਂ ਦੇ। ਗੋਭਾਂ ਸੁੱਕ ਜਾਂਦੀਆਂ। ਸਾਨੂੰ ਇਸ ਤਰ੍ਹਾਂ ਲੱਗਦਾ ਕਿ ਇਹਨਾਂ ਦੀ ਗਰੋਥ ਕਿਉਂ ਨਹੀਂ ਹੋ ਰਹੀ ਕੀ ਘਾਟ ਹੈ ਕੀ ਇਹਦਾ ਜਿਹੜਾ ਹੈਗਾ ਨੁਕਸ ਕੀ ਹੈ ਜਿਹਦੀ ਆਪਾਂ ਰੋਕਥਾਮ ਕਰੀਏ ਤਾਂ ਇੱਕ ਕਿਸਾਨ ਵੀਰੋ ਛਾਖ ਦੀ ਮੱਖੀ ਹੁੰਦੀ ਹੈ ਸ਼ੁਰੂਆਤ ਦੇ ਵਿੱਚ ਇਹਦੀਆਂ ਨਿਸ਼ਾਨੀਆਂ ਤੁਹਾਨੂੰ ਮੈਂ ਦੱਸਤੀਆਂ ਬੂਟੇ ਬੇਟ ਹੋਵੇ ਝੁਰੜਮੁਰੜ ਗੋਭਾਂ ਸੁੱਕ ਜਾਣੀਆਂ ਬੂਟੇ ਚੱਲਦੇ ਨਹੀਂ ਹੈਗੇ ਤਾਂ ਇਹਦੀ ਰੋਕਥਾਮ ਆਪਾਂ ਬਜਾਈ ਵੇਲੇ ਕਰਨੀ ਹੈ ਕਿ ਮੱਕੀ ਜਦੋਂ ਆਪਾਂ ਬੀਜਣੀ ਹੈ ਇਹਦੇ ਬੀਜ ਦੀ ਸੋਧ ਕਰਨੀ ਹੈ ਆਪਾਂ ਗਾਚੋ ਦਵਾਈ ਨਾ ਅਮੀਡਾ ਕੋਲੋਪਰੇਡ 600 ਐਫਐਸ ਅਮੀਡਾ ਕੋਲੋਪਰੇਟ 600 ਐਫਐਸ ਗਾਚੋ ਨਾਂ ਤੇ ਬ੍ਰਾਂਡ ਨੇਮ ਤੇ ਹੋਰ ਕਿਸੇ ਬ੍ਰਾਂਡ ਨੇਮ ਤੇ ਵੀ ਤੁਸੀਂ ਲੈ ਸਕਦੇ ਅਮੀਡਾ ਕੋਲੋਪਰੇਟ ਟੈਕਨੀਕ ਹੋਵੇ ਕੱਲ ਹੋਵੇ ਤੇ 600 ਤਾਕਤ ਦਾ 6 ਐਮਐਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਆਪਾਂ ਸੋਧ ਕਰ ਲੈਣੀ ਹੈ ਦੀ ਤੇ ਸੋਧ ਆਪਾਂ ਕੀਤੇ ਬੀਜ ਨੂੰ 14 ਦਿਨਾਂ ਦੇ ਅੰਦਰ ਅੰਦਰ ਬੀਜ ਦੇਣਾ ਉਸ ਤੋਂ ਬਾਅਦ ਫਿਰ ਜੇ ਲੰਬਾ ਸਮਾਂ ਪਰ ਰੱਖਦੇ ਤਾਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਜੇ ਸੋਧਦੇ ਬੀਜ ਜਿਹੜਾ ਹੈਗਾ ਜੇ ਤੁਸੀਂ ਸੋਧਿਆ ਬੀਜ ਹੈ ਜਿਹੜਾ ਮਹੀਨੇ ਬਾਅਦ ਵਰਤੋਗੇ ਤਾਂ ਇਹ ਦਵਾਈ ਥੜੀ ਫਿਰ ਫਾਇਦੇਮੰਦ ਨਹੀਂ ਤੁਹਾਡੇ ਵਾਸਤੇ ਹੋਊ 14 ਦਿਨ ਦੇ ਅੰਦਰ ਅੰਦਰ ਆਪਾਂ ਜਿਹੜੀ ਬਿਜਾਈ ਕਰ ਦੇਣੀ ਆ ਜੇ ਫਿਰ ਤੁਸੀਂ ਬੀਜ ਨਹੀਂ ਸੋਧ पाए ਤਾਂ ਬਿਜਾਈ ਵੇਲੇ ਸਿਆੜਾਂ ਦੇ ਵਿੱਚ ਤੁਸੀਂ ਜਿਹੜੀ 5 ਕਿਲੋ ਫਿਊਰਾ ਡਾਣਾ ਹੈ 3 3% ਕਾਰਬੋਫਿਰੋਨ ਜਿਹੜੀ ਹੈਗੀ ਆ ਟੈਕਨੀਕਲ ਤਾਂ ਫਿਰ ਤੁਸੀਂ ਉਹ 5 ਕਿਲੋ ਛਾੜਾਂ ਦੇ ਵਿੱਚ ਪਾ ਦੇਣੀ ਹੈ ਫਿਰ ਤੁਸੀਂ ਇਹਦੀ ਰੋਗ ਥਾਮ ਜਿਹੜੀ ਹੈਗੀ ਆ ਕੀੜੇ ਦੀ ਕਰ ਸਕਦੇ ਆ ਜਦੋਂ ਬਾਅਦ ਚ ਅਟੈਕ ਹੋ ਜਾਏ ਫਿਰ ਕਿਸਾਨ ਵੀਰੋ ਕਿਉਂਕਿ ਛੋਟੀ ਜਿਹੜੇ ਬੂਟੇ ਵੀ ਛੋਟੇ ਹੁੰਦੇ ਆ ਫਿਰ ਉੱਤੇ ਸਪਰੇਅ ਕਰਕੇ ਜਿਹੜੀ ਹੈਗੀ ਰੋਗ ਥਾਮ ਥੋੜੀ ਜਿਹੀ ਔਖੀ ਹੋ ਜਾਂਦੀ ਹੈ ਵੈਸੇ ਤੁਸੀਂ ਜਿਹੜਾ ਕਰ ਸਕਦੇ ਆ ਜਾਂ ਕਲੋਰੋਪਲਸ ਹਾਈਪਰ ਵਗੈਰਾ ਇਹਨਾਂ ਦੀ ਸਪਰੇਅ ਕਰ ਸਕਦੇ ਹੋ ਜੇ ਤੁਹਾਡੇ ਤੁਸੀਂ ਛੋਦ ਨਹੀਂ ਕੀਤੀ ਤੇ ਬਜਾਈ ਵળે ਵੀ ਦਵਾਈ ਨਹੀਂ ਪਾਈ ਤਾਂ ਦੂਸਰੀ ਜਿਹੜੀ ਹੈਗਾ ਕੀੜਾ ਮੁੱਖ ਤੌਰ ਤੇ ਜਿਹੜਾ ਕਰਦਾ ਹਮਲਾ ਉਹ ਹੈਗਾ ਸੈਨਿਕ ਸੁੰਡੀ ਜਾਂ ਸੂਤ ਕੁੱਤਰਣ ਵਾਲੀ ਸੁੰਡੀ ਸੈਨਿਕ ਸੁੰਡੀ ਹੈ ਜਿਹੜੀ ਇਹ ਵੀ ਗੋਭ ਦੇ ਨਰਮ ਪੱਤੇ ਖਾਂਦੀ ਹੈ ਪੱਤੇ ਕਾਫੀ ਜ਼ਿਆਦਾ ਮਤਲਬ ਕਿ ਜਾਲੀਦਾਰ ਮਤਲਬ ਪੱਤਿਆਂ ਦਾ ਨੁਕਸਾਨ ਪੂਰਾ ਕਰ ਦਿੰਦੀ ਹੈ ਤਾਂ ਇਹਦੇ ਨਿਸ਼ਾਨੀ ਤੁਹਾਨੂੰ ਕਿੱਥੋਂ ਪਤਾ ਲੱਗੂਗਾ ਜਿੱਥੇ ਇਹ ਖਾਂਦੀ ਆ ਸੁੰਢੀ ਪੱਤੇ ਆਮ ਤੌਰ ਤੇ ਸੈਨਿਕ ਸੁੰਢੀ ਰਾਤ ਨੂੰ ਨਿਕਲਦੀ ਹੁੰਦੀ ਦਿਨੇ ਆਪਾਂ ਨੂੰ ਬਹੁਤੀ ਨਜ਼ਰ ਨਹੀਂ ਆਉਂਦੀ ਤਾਂ ਉੱਥੇ ਇਹਦੀਆਂ ਬਿੱਠਾਂ ਪੱਤਿਆਂ ਦੇ ਉੱਤੇ ਜਾਂ ਬੂਟਿਆਂ ਦੇ ਥੱਲੇ ਤੁਹਾਨੂੰ ਜਿੱਥੇ ਇਹਦਾ ਨੁਕਸਾਨ ਹੋਇਆ ਹੋਵੇ ਪੱਤੇ ਖਾਦੇ ਹੋਵੇ ਤੇ ਬਿੱਠਾਂ ਪਈਆਂ ਤਾਂ ਇਹ ਨੁਕਸਾਨ ਜਿਹੜਾ ਹੈਗਾ ਸੈਨਿਕ ਸੁੰਢੀ ਨੇ ਤੁਹਾਡਾ ਕੀਤਾ ਤਾਂ ਉਹ ਇਸ ਬਿੱਠਾਂ ਦੀ ਹੋਣ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਦੂਸਰਾ ਜਿਹੜੀ ਸੂਤਕੁਤਰ ਨਾਲੀ ਸੁੰਢੀ ਆ ਜਦੋਂ ਛੱਲੀਆਂ ਨਿਕਲ ਆਉਂਦੀਆਂ ਛੱਲੀਆਂ ਦੇ ਵਾਲ ਖਾਂਦੀ ਆ ਤੇ ਛਲੀਆਂ ਦੇ ਜਿਹੜੇ ਦਾਣੇ ਆ ਉਹਨਾਂ ਦਾ ਨੁਕਸਾਨ ਵੀ ਕਰਦੀ ਛਲੀਆਂ ਚ ਮੂਰੀਆਂ ਵੀ ਕਰ ਦਿੰਦੀ ਐ ਸੂਤ ਕੋਤਰ ਨਾਲ ਜਿਹੜੀ ਸੁੰਡੀ ਹੈਗੀ ਐ ਇਹ ਦੋਨੋਂ ਸੁੰਡੀਆਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਜਿਹੜਾ ਨੁਕਸਾਨ ਕਰਦੀਆਂ ਨੇ ਇਤੋਂ ਅੱਗੇ ਆਪਾਂ ਉਹਨੇ ਫਾਲ ਆਰਮੀ ਵਰਮ ਤੇ ਇਹਨਾਂ ਦਾ ਕੰਟਰੋਲ ਮੈਂ ਤੁਹਾਨੂੰ ਐਂਡ ਤੇ ਦੱਸਦਾ ਫਾਲ ਆਰਮੀ ਵਰਮ ਆ ਜਿਹੜਾ ਇਹ ਵੀ ਜਿਹੜੀ ਸੁੰਡੀ ਐ ਇੱਕ ਥੋੜੀ ਜੀ ਹਲਕੀ ਜੀ ਕਈ ਵਾਰ ਗੁਲਾਬੀ ਰੰਗ ਦੀ ਤੁਹਾਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਗੁਲਾਬੀ ਸੁੰਡੀ ਜਈ ਦੂਸਰੀ ਪਈ ਵੀ ਹੁੰਦੀ ਐ ਮ ਦੂਜੀਆਂ ਫਸਲਾਂ ਦੇ ਵਿੱਚ ਜਿਹੜੀ ਹਮਲਾ ਕਰਦੀ ਪਰ ਇਹ ਫਾਲ ਆਰਮੀ ਵਰਮ ਐ ਇਹਦੀ ਨਿਸ਼ਾਨੀ ਤੁਹਾਨੂੰ ਕਿੱਥੋਂ ਪਤਾ ਲੱਗਦੀ ਹੈ ਕਿ ਇਹ ਦੇ ਜਿਹੜੇ ਸਿਰ ਵਾਲੇ ਪਾਸੇ ਆ ਅੰਗਰੇਜ਼ੀ ਦਾ ਅੱਖਰ W ਉਹ ਪੁੱਠਾ ਛਪਿਆ ਹੋਇਆ ਹੁੰਦਾ ਜਦੋਂ ਤੁਸੀਂ ਧਿਆਨ ਨਾਲ ਦੇਖੋਗੇ ਨੇੜਿਓਂ ਤੇ ਜਿਹੜੀ ਬੈਕ ਸਾਈਡ ਆ ਇਹਦੀ ਮਗਰਲਾ ਹਿੱਸਾ ਉੱਥੇ ਜਿਹੜੇ ਹੈਗੇ ਆ 4 ਜਿਹੜੇ ਹੈਗੇ ਚੌਰਸ ਤੱਬੇ ਜੇ ਹੁੰਦੇ ਬਿੰਦੂ ਜੇ 4 ਬਣੇ ਹੋਏ ਹੁੰਦੇ ਆ ਉਹ ਜਿਹੜੇ ਹੈਗੇ ਫਾਲ ਆਰਮੀ ਵਰਮ ਹੁੰਦਾ ਇਹ ਇਹ ਜਿਹੜੀ ਸੁੰਡੀ ਆ ਪੱਤਿਆਂ ਨੂੰ ਜਿਹੜਾ ਖੁਰਚ ਕੇ ਖਾਂਦੀ ਆ ਤੇ ਵੱਡੀਆਂ ਸੁੰਡੀਆਂ ਜਿਹੜੀਆਂ ਉਹ ਗੋਲ ਅੰਡਾਕਾਰ ਮੂਰੀਆਂ ਜਿਹੜੀਆਂ ਪੱਤਿਆਂ ਦੇ ਵਿੱਚ ਬਣ ਜਾਂਦੀਆਂ ਅੰਡੇ ਦੀ ਸ਼ੇਪ ਦੀਆਂ ਤੇ ਇਹ ਵੀ ਜਿਹੜੀ ਕਾਫੀ ਨੁਕਸਾਨ ਕਰਦੀ ਹੈ ਇਹਨਾਂ ਦੀ ਰੋਕਥਾਮ ਵਾਸਤੇ ਕਿਸਾਨ ਵੀਰੋ ਤੁਸੀਂ ਅ ਜਿਆਦਾ ਕੋਰਾਜਨ ਵਰਤ ਸਕਦੇ ਆ ਕਲੋਰ ਐਂਟਰਾ ਨੀਲੀ ਫਲੋਰ ਟੈਕਨੀਕਲ ਹੁੰਦਾ ਕੋਰਾਜਨ 0.4 ਐਮਐਲ ਪ੍ਰਤੀ ਲੀਟਰ ਦੇ ਹਿਸਾਬ ਨਾਲ ਪਾਣੀ ਦੇ ਹਿਸਾਬ ਨਾਲ ਜੇ 100 ਲੀਟਰ ਪਾਣੀ ਲੱਗਦਾ ਤੁਹਾਡਾ ਤਾਂ 40 ਐਮਐਲ ਜੇ 120 ਲੀਟਰ ਲੱਗਦਾ ਤਾਂ 50 ਐਮਐਲ ਤੱਕ ਤੁਸੀਂ ਵਰਤ ਸਕਦੇ ਆ ਜੇ 150 ਲੀਟਰ ਲੱਗਦਾ ਤਾਂ 60 ml ਜੇ 200 ਲੀਟਰ ਲੱਗਦਾ ਤਾਂ ਫਿਰ ਤੁਸੀਂ 80 ml ਤੱਕ ਪ੍ਰਤੀ ਜਿਹੜਾ ਇਹ ਇਕੜ ਦੇ ਹਿਸਾਬ ਨਾਲ ਕੋਰਾ ਜਨ ਵਰਤ ਸਕਦੇ ਆ ਇਹ ਮੈਂ ਪਾਣੀ ਦੇ ਹਿਸਾਬ ਨਾਲ ਕਿਉਂ ਦੱਸਿਆ ਕਿਉਂਕਿ ਜਿਹੜੇ ਪਹਿਲੇ 20 ਦਿਨ ਹੁੰਦੀ ਆ ਫਸਲ ਤਾਂ ਉਦੋਂ ਆਪਣਾ ਪਾਣੀ ਆ ਜਿਹੜਾ 100 120 ਲੀਟਰ ਹੀ ਲੱਗਦਾ ਤੇ ਜਦੋਂ ਵੱਡੀ ਹੋ ਜਾਂਦੀ ਫਸਲ ਫਿਰ 200 ਲੀਟਰ ਤੱਕ ਵੀ ਪਾਣੀ ਆਪਣਾ ਸਪਰੇ ਦੇ ਵਿੱਚ ਲੱਗ ਜਾਂਦਾ ਸੋ ਪਾਣੀ ਜੇ ਤੁਸੀਂ ਵਧਾਓਗੇ ਤਾਂ ਉਹ ਹਿਸਾਬ ਨਾਲ ਦਵਾਈ ਵੀ ਵਧਾਉਣੀ ਹੈ ਕੋ ਰਾਜਨ ਤੋਂ ਬਿਨਾਂ ਤੁਸੀਂ ਡੈਲੀਗੇਟ ਵੀ ਕਰ ਸਕਦੇ ਆ ਸਪਾਈਨੋ ਟਰਮ ਟੈਕਨੀਕਲ ਹੁੰਦਾ 11.7 ਤਾਕਤ ਦਾ 11.7 ਐਸਸੀ ਇਹ ਵੀ ਤੁਸੀਂ 50 ਐਮਐਲ ਵਰਤ ਸਕਦੇ ਆ 100 ਲੀਟਰ ਪਾਣੀ ਮਗਰ ਜੇ 200 ਆ ਤਾਂ 100 ਐਮਐਲ ਜੇ 150 ਆ ਤਾਂ ਫਿਰ ਤੁਸੀਂ ਜਿਹੜਾ ਹੈਗਾ 750 ਜਿਹੜੀ 75 ਐਮਐਲ ਜਿਹੜੀ ਵਰਤ ਸਕਦੇ ਆ ਸਪਾਈਨੋ ਟਰਮ ਡੈਲੀਗੇਟ ਤੇ ਜਾਂ ਫਿਰ ਤੁਸੀਂ ਜਿਹੜਾ ਹੈਗਾ ਐਮਐਮੈਕਟਨ ਬੈਂਜੂਏਟ ਆ ਐਮ ਐਮ ਐਕਟਨ ਬੈਂਜੂਏਟ ਮਿਜ਼ਾਈਲ ਨਾਂ ਤੇ ਆਉਂਦੀ ਪੰਜ ਐਸ ਸੀ ਜਿਹਨੂੰ ਤੁਸੀਂ ਪ੍ਰੋਕਲੇਮ ਦੇ ਨਾਂ ਤੇ ਜਾਣਦੇ ਆ ਐਮ ਐਮ ਐਕਟਨ ਬੈਂਜੂਏਟ ਇਹ ਵੀ ਤੁਸੀਂ ਜਿਹੜੀ ਹੈਗੀ ਹੈ ਕਿਸਾਨ ਵੀਰੋ 40 ਗ੍ਰਾਮ 100 ਲੀਟਰ ਮਗਰ ਤੇ 80 ਗ੍ਰਾਮ 200 ਲੀਟਰ ਮਗਰ ਤੇ ਜਿਹੜੀ 150 ਲੀਟਰ ਮਗਰ ਤੁਸੀਂ 60 ਗ੍ਰਾਮ 60 65 ਗ੍ਰਾਮ ਤੱਕ ਜਿਹੜੀ ਹੈਗੀ ਐਮ ਐਮ ਐਕਟਨ ਬੈਂਜੂਏਟ ਜਿਹੜੀ ਪ੍ਰੋਕਲੇਮ ਹੈ ਇਹਦੀ ਸਪਰੇਅ ਤੁਸੀਂ ਕਰ ਸਕਦੇ ਆ ਸੋ ਇਹ ਤਿੰਨ ਕੀੜੇ ਆ ਜਿਹੜੇ ਮੁੱਖ ਤੌਰ ਤੇ ਮੱਕੀ ਦੀ ਫਸਲ ਦਾ ਨੁਕਸਾਨ ਕਰਦੇ ਆ ਸੋ ਇਹ ਤੁਸੀਂ ਜਿਹੜਾ ਹੈਗਾ ਜ਼ਰੂਰਤ ਅਨੁਸਾਰ ਤੇ ਬਜਾਈ ਤੋਂ ਲੈ ਕੇ ਤੇ ਵਧਣ ਤਾਈਂ ਕਿਉਂਕਿ ਸੂਤ ਕੁੱਤਨ ਵਾਲੀ ਸੰਡੀ ਵੀ ਪੈਂਦੀ ਆ ਤਾਂ ਸਮੇਂ-ਸਮੇਂ ਤੇ ਤੁਸੀਂ ਜਿਹੜੇ ਚੈੱਕ ਕਰਕੇ ਇਹ ਜਿਹੜੀਆਂ ਜ਼ਰੂਰਤ ਅਨੁਸਾਰ ਕੀਟਨਾਸ਼ਕ ਜਰਾਂ ਵਰਤ ਕੇ ਤੁਸੀਂ ਕੀੜੇ ਮਕੌੜੇ ਦੀ ਰੋਕਥਾਮ ਕਰਕੇ ਵਧੀਆ ਝਾੜ ਫਸਲ ਤੋਂ ਲੈ ਸਕਦੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ-ਬਹੁਤ ਸ਼ੁਕਰੀਆ ਜੀ